ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤੇ ਸਬਸਕ੍ਰਾਈਬ ਬਟਨ ਤੇ ਕਲਿੱਕ ਕਰੋ ਤੇ ਨਾਲ ਹੀ ਨਾਲ ਬੈਲ ਆਈਕਨ ਨੂੰ ਪ੍ਰੈਸ ਕਰ ਸਕਦੇ ਹੋ ਅਤੇ ਵੇਖ ਸਕਦੇ ਹੋ ਸਾਡੀ ਵੀਡੀਓਜ਼ ਸਭ ਤੋਂ ਪਹਿਲਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਸਵਾਗਤ ਹੈ ਪੰਜਾਬੀ ਟੈਲੈਂਟ ਆਫੀਸ਼ੀਅਲ ਯੂਟਿਊਬ ਚੈਨਲ ਤੇ। ਮੇਰਾ ਨਾਮ ਹੈ ਪ੍ਰਭਜੋਤ ਸਿੰਘ ਤੇ ਅੱਜ ਅਸੀਂ ਗੱਲ ਕਰਾਂਗੇ ਤੇ ਯੂਟਿਊਬ ਵਿੱਚ ਜਿਵੇਂ ਅਰਨਿੰਗਸ ਹੁੰਦੀ ਹੈ। ਅੱਜ ਕੱਲ੍ਹ ਬੜੇ ਲੋਕਾਂ ਦੇ ਦਿਮਾਗ ਵਿੱਚ ਇਹ ਵਹਿਮ ਹੈ ਕਿ ਯੂਟਿਊਬ ਤੇ ਬਹੁਤ ਜ਼ਿਆਦਾ ਪੈਸਾ, ਬਹੁਤ ਜ਼ਿਆਦਾ ਪੈਸਾ ਕਮਾਇਆ ਜਾ ਸਕਦਾ, ਅਤੇ ਤੁਹਾਡੇ ਦਿਮਾਗ 'ਚੋਂ ਬੜੇ ਮਿੱਥ ਜਿਹੜੇ ਮੈਂ ਉਹ ਕੋਸ਼ਿਸ਼ ਕਰੇਗਾ ਕਲੀਅਰ ਹੋ ਜਾਣ ਇਸ ਵੀਡੀਓ ਥਰੂ। ਅਤੇ ਇਹਨੂੰ ਲਾਸਟ ਤੱਕ ਜ਼ਰੂਰ ਵੇਖੋ ਤਾਂ ਕਿ ਤੁਹਾਨੂੰ ਵੱਧ ਤੋਂ ਵੱਧ ਨੌਲੇਜ ਮਿਲ ਸਕੇ ਯੂਟਿਊਬ ਫੀਲਡ ਵਿੱਚ ਆਉਣ ਲਈ। ਠੀਕ ਹੈ, ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਵੀ ਮੋਨੇਟਾਈਜੇਸ਼ਨ ਹੁੰਦੀ ਕੀ ਹੈ। ਮੋਨੇਟਾਈਜੇਸ਼ਨ ਦਾ ਮਤਲਬ ਹੁੰਦਾ ਕਿ ਯੂਟਿਊਬ ਅਪਰੂਵ ਕਰਦਾ ਸਾਡੇ ਚੈਨਲ ਨੂੰ ਕਿ ਸਾਡੇ ਚੈਨਲ ਉੱਤੇ ਉਹਨਾਂ ਦੇ ਐਡਵਰਟਾਈਜ਼ਰ ਜਿਹੜੇ ਨੇ ਉਹ ਐਡਸ ਲਗਾ ਸਕਣ। ਠੀਕ ਹੈ, ਜਿਹਦੇ ਨਾਲ ਸਾਨੂੰ ਪੈਸੇ ਆਉਣ। ਸਭ ਤੋਂ ਪਹਿਲਾਂ ਆਉਂਦਾ ਮੋਨੇਟਾਈਜੇਸ਼ਨ। ਹੁਣ ਪਿਛਲੇ ਸਾਲਾਂ ਦੀ ਜੇ ਗੱਲ ਕਰੀਏ, 16 ਦੀ ਜਾਂ 15 ਦੀ ਗੱਲ ਕਰੀਏ, ਪਹਿਲਾਂ ਇਹ ਹੁੰਦਾ ਸੀ ਕਿ ਤੁਸੀਂ ਯੂਟਿਊਬ ਚੈਨਲ ਬਣਾਇਆ, ਠੀਕ ਹੈ, ਵੀਡੀਓਜ਼ ਵਿੱਚ ਪਾਈਆਂ ਅਤੇ ਮੋਨੇਟਾਈਜੇਸ਼ਨ ਐਕਟੀਵੇਟ ਕੀਤੀ, ਠੀਕ ਹੈ, ਤੁਹਾਡੇ ਐਡਸ ਨੇ ਸ਼ੁਰੂ ਹੋ ਗਈਆਂ, ਤੁਸੀਂ ਆਪਣਾ ਗੂਗਲ ਐਡਸੈਂਸ ਅਕਾਊਂਟ ਕਨੈਕਟ ਕੀਤਾ ਅਤੇ ਤੁਹਾਡੇ ਪੈਸੇ ਆਉਣੇ ਸ਼ੁਰੂ ਹੋ ਗਏ। ਠੀਕ ਹੈ, ਹੁਣ ਜੋ ਜੋ ਟਾਈਮ ਵਧਿਆ ਯੂਟਿਊਬ ਨੇ ਥੋੜ੍ਹਾ ਔਖਾ ਕਰਤਾ, ਕਿਉਂਕਿ ਕਾਫੀ ਚੈਨਲ ਆਉਣ ਲੱਗ ਪਏ ਸੀ ਜਦੋਂ ਦਾ ਜੀਓ, ਤੁਹਾਨੂੰ ਪਤਾ ਚੱਲਿਆ ਵੀ ਕਾਫੀ ਯੂਟਿਊਬ ਚੈਨਲ ਬਣ ਗਏ। ਠੀਕ ਹੈ, ਉਹਦੇ ਨਾਲ ਕੀ ਹੋਇਆ ਕਿ ਉਹਨਾਂ ਨੇ ਕਿਹਾ ਵੀ ਜਦੋਂ ਤੁਹਾਡੇ 10,000 ਵਿਊਜ਼ ਹੋ ਜਾਣਗੇ, ਟੋਟਲ ਜਿਹੜਾ ਵਾਚ ਵਿਊ ਹੈ ਉਹ 10,000 ਹੋ ਗਿਆ, ਫਿਰ ਤੁਸੀਂ ਉਹਨੂੰ ਰਿਕੁਐਸਟ ਕਰ ਸਕਦੇ ਹੋ ਯੂਟਿਊਬ ਨੂੰ ਕਿ ਸਾਡਾ ਯੂਟਿਊਬ ਚੈਨਲ ਜਿਹੜਾ ਉਹ ਮੋਨੇਟਾਈਜੇਸ਼ਨ ਲਈ ਅਪਰੂਵ ਕਰਤਾ ਜਾਵੇ। ਠੀਕ ਹੈ, ਉਸ ਤੋਂ ਬਾਅਦ 17 ਐਂਡ ਤੱਕ ਇਹ ਅਪਡੇਟ ਸੀ ਕਿ 10,000 ਵਿਊਜ਼ ਤੋਂ ਬਾਅਦ ਇੱਕ ਹਫ਼ਤੇ ਲਈ ਰਿਵਿਊ ਲਈ ਜਾਏਗਾ, ਉਸ ਤੋਂ ਬਾਅਦ ਤੁਹਾਡੇ ਜਿਹੜੇ ਹੈ ਉਹ ਅਪਰੂਵ ਹੋਣੀ ਨਹੀਂ ਹੋਣੀ ਉਹ ਡਿਸਾਈਡ ਹੋਏਗਾ। ਉਸ ਬਾਅਦ 18 ਚੜ੍ਹਦੇ ਹੀ, ਮਤਲਬ ਜੈਨ ਫਸਟ ਵੀਕ 'ਚ ਹੀ ਇਹ ਅਪਡੇਟ ਆ ਗਈ ਕਿ ਤੁਹਾਡੇ ਯੂਟਿਊਬ ਚੈਨਲ 'ਤੇ 1,000 ਸਬਸਕ੍ਰਾਈਬਰ ਹੋਣਾ ਚਾਹੀਦਾ, 10,000 ਵਿਊਜ਼ ਟੋਟਲ ਵਿਊਜ਼ ਹੋਣੇ ਚਾਹੀਦੇ ਆ, ਅਤੇ 4,000 ਵਾਚ ਆਰਸ ਹੋਣੇ ਚਾਹੀਦੇ ਨੇ ਤੁਹਾਡੀ ਟੋਟਲ ਵੀਡੀਓਜ਼ 'ਤੇ। ਠੀਕ ਹੈ, 3 ਚੀਜ਼ਾਂ, 10,000 ਟੋਟਲ ਵਿਊਜ਼, ਉਸ ਤੋਂ ਬਾਅਦ 1,000 ਸਬਸਕ੍ਰਾਈਬਰ, ਅਤੇ ਤੀਜਾ ਆ ਗਿਆ ਕਿ 4,000 ਘੰਟੇ ਵਾਚ ਵੀ ਹੋਣਾ ਚਾਹੀਦਾ। ਇਹ ਹੋਣਾ ਚਾਹੀਦਾ ਤੁਹਾਡੇ ਲਾਸਟ 12 ਮੰਥ ਦੇ ਸਰਕਲ ਦੇ ਵਿੱਚ, ਵੀ ਤੁਸੀਂ 1 ਸਾਲ ਦੇ ਵਿੱਚ ਵਿੱਚ 1,000 ਸਬਸਕ੍ਰਾਈਬਰ ਵੀ ਰੱਖਣੇ ਨੇ ਅਤੇ ਹੋਣੇ ਚਾਹੀਦੇ ਨੇ ਮਤਲਬ, ਅਤੇ 4,000 ਘੰਟੇ ਵਾਚ ਵੀ ਹੋਣਾ ਚਾਹੀਦਾ ਟੋਟਲ ਵੀਡੀਓਜ਼ ਦਾ, ਅਤੇ ਤੀਸਰਾ ਜਿਹੜਾ ਉਹ 10,000 ਵਿਊਜ਼ ਘੱਟੋ ਘੱਟ ਹੋਣੇ ਚਾਹੀਦੇ ਨੇ। 10,000 ਵਿਊਜ਼ ਤਾਂ ਮਤਲਬ ਹੁਣ ਕੋਈ ਇਹਦੀ ਮਾਇਨੇ ਰਹੇ ਨਹੀਂ ਨਾ। ਠੀਕ ਹੈ, ਆਹ 3-4 ਚੀਜ਼ਾਂ ਹੋਣੇ ਚਾਹੀਦੀਆਂ, ਉਸ ਤੋਂ ਬਾਅਦ ਤੁਹਾਡੇ ਰਿਵਿਊ ਲਈ ਜਾਏਗਾ, ਤਾਂ ਵੀ ਫਿਰ 1 ਹਫ਼ਤਾ ਯੂਟਿਊਬ ਜਿਹੜਾ ਉਹ ਰਿਵਿਊ ਕਰੇਗਾ ਤੁਹਾਡੇ ਚੈਨਲ ਨੂੰ, ਅਤੇ ਉਸ ਤੋਂ ਬਾਅਦ ਅਪਰੂਵ ਕਰੇਗਾ ਵੀ ਤੁਸੀਂ ਦੱਸੇਗਾ ਵੀ ਤੁਸੀਂ ਅਪਰੂਵ ਤੁਹਾਡੇ ਮੋਨੇਟਾਈਜੇਸ਼ਨ ਐਕਟੀਵੇਟ ਹੋ ਸਕਦੀ ਹੈ ਜਾਂ ਨਹੀਂ, ਫਿਰ ਤੁਸੀਂ ਅਰਨ ਕਰੋਗੇ। ਅਤੇ ਅਰਨ ਕਰਨਾ ਵੀ ਅੱਗੋਂ ਬਹੁਤ ਹੀ ਮੁਸ਼ਕਿਲ ਹੈ, ਮਤਲਬ ਅਰਨਿੰਗ ਇੱਦਾਂ ਹੁੰਦੀ ਹੈ ਜੇ ਮੰਨ ਲਓ ਤੁਹਾਡੇ ਵੀਡੀਓਜ਼ 'ਤੇ 1,00,000 ਵਿਊਜ਼ ਗਏ ਹੈ ਨਾ, 1,00,000 ਵਿਊਜ਼ ਗਏ ਨੇ, ਅਤੇ ਉਹਦੇ ਵਿੱਚੋਂ ਸਿਰਫ ਅਤੇ ਸਿਰਫ 20,000 ਜਾਂ ਮੰਨ ਲਓ 30,000 ਲੋਕਾਂ ਨੂੰ ਹੀ ਐਡ ਦਿਖੇਗੀ। ਐਡ ਦਿਖਣ ਨੂੰ ਕਹਿੰਦੇ ਨੇ ਇੰਪ੍ਰੈਸ਼ਨਸ। ਠੀਕ ਹੈ, ਵੀ ਕਿੰਨੇ ਲੋਕਾਂ ਨੂੰ ਐਡ ਦਿਖੀ, ਜ਼ਰੂਰੀ ਨਹੀਂ ਹੈ ਵੀ 1,00,000 ਵਿਊ ਹੈ ਅਤੇ 1,00,000 ਨੂੰ ਹੀ ਐਡ ਦਿਖੀ ਹੈ। ਠੀਕ ਹੈ, ਅਤੇ ਉਹ ਐਡ ਮੰਨ ਲਓ 20,000 ਲੋਕਾਂ ਨੂੰ ਦੇਖ ਗਈ ਹੈ, ਜਾਂ ਮੰਨ ਲਓ 10,000 ਲੋਕਾਂ ਨੂੰ ਦੇਖੀ ਹੈ, ਅਤੇ ਉਹਨਾਂ 10,000 ਲੋਕਾਂ ਵਿੱਚੋਂ ਕਿੰਨੀਆਂ ਲੋਕਾਂ ਨੇ ਕਲਿੱਕ ਕੀਤਾ ਉਸ ਐਡ 'ਤੇ, ਮੰਨ ਲਓ 10,000 ਵਿੱਚੋਂ ਸਿਰਫ 7,000 ਲੋਕਾਂ ਨੇ ਕਲਿੱਕ ਕੀਤੀ ਉਹ ਐਡ। ਠੀਕ ਹੈ, ਅਤੇ ਉਹ 1 ਕਲਿੱਕ ਦੇ ਜੋ CPC ਚੱਲ ਰਹੀ ਹੈ, ਕੋਸਟ ਪਰ ਕਲਿੱਕ ਜਿਹੜੀ ਚੱਲ ਰਹੀ ਹੈ, ਉਹ ਅੱਜ ਕੱਲ੍ਹ ਜਿਹੜੀ ਜਨਰਲ ਚੱਲ ਰਹੀ ਹੈ ਉਹ $0.01 ਚੱਲ ਰਹੀ ਹੈ। ਮਤਲਬ 7,000 ਜੇ ਤੁਹਾਡੇ ਕਲਿੱਕ ਹੋਏ ਨੇ ਅਤੇ ਉਹ 'ਚੋਂ ਜਿਹੜਾ ਤੁਸੀਂ ਕਮਾਇਆ, ਆਈ ਗੈਸ $70 ਬੰਦਾ, $70 ਤੁਸੀਂ ਕਮਾਇਆ, ਅਤੇ ਇਹ ਚੀਜ਼ ਬੜੀ ਮੁਸ਼ਕਿਲ ਹੈ, ਬਹੁਤ ਹੀ ਮੁਸ਼ਕਿਲ ਨਾਲ ਆਹ ਚੀਜ਼ ਹੁੰਦੀ ਹੈ। CPC ਕਈਆਂ ਦੇ ਜ਼ਰੂਰੀ ਨਹੀਂ ਹੈ, CPC 0.01 ਹੀ ਹੈ, ਵੱਧ ਵੀ ਸਕਦੀ ਹੈ ਅਤੇ ਘੱਟ ਵੀ, 0 ਵੀ ਹੋ ਸਕਦੀ ਹੈ। ਠੀਕ ਹੈ, ਚਾਹੇ ਐਡ ਵੀ ਲੱਗੇ ਅਤੇ CPC ਵੀ 0 ਹੈ, ਅਤੇ ਫਿਰ ਮਤਲਬ ਤੁਸੀਂ ਕੋਈ ਅਰਨਿੰਗ ਨਹੀਂ ਕੀਤੀ ਉਸ ਵੀਡੀਓ ਤੋਂ। ਸੋ ਆਹ 3-4 ਗੱਲਾਂ ਜਿਹੜੀਆਂ ਮੈਨੂੰ ਲੱਗਦਾ ਵੀ ਜੋ ਜੋ ਤੁਹਾਡੇ ਦਿਮਾਗ 'ਚ ਮਿੱਥ ਹੈਗੀਆਂ ਸੀ ਉਹ ਮੈਂ ਰਿਮੂਵ ਕੀਤੀਆਂ। ਅਤੇ ਹਾਂ, 1 ਪੁਆਇੰਟ ਹੋਰ, ਜਿਵੇਂ ਕਹਿੰਦੇ ਨੇ ਵੀ 1,000 ਲਾਈਕਸ 'ਤੇ ਯੂਟਿਊਬ ਪੈਸੇ ਦਿੰਦਾ ਜਾਂ 1,000 ਵਿਊਜ਼ 'ਤੇ ਯੂਟਿਊਬ ਪੈਸੇ ਦਿੰਦਾ, ਇਹ ਚੀਜ਼ ਕੁਛ ਨਹੀਂ ਹੁੰਦੀ। 3-4 ਚੀਜ਼ਾਂ ਇਹਦੇ ਪਿੱਛੇ ਵੀ ਹੁੰਦੀਆਂ ਵੀ ਤੁਸੀਂ ਕੀਵਰਡ ਕਿਹੜਾ ਯੂਜ਼ ਕੀਤਾ, ਉਸ ਕੀਵਰਡ ਦਾ ਬਿਡ ਰੇਟ ਕੀ ਚੱਲ ਰਿਹਾ। ਬਿਡ ਰੇਟ ਦਾ ਮਤਲਬ ਹੁੰਦਾ ਕਿ ਜਿਹੜਾ ਐਡ ਲਾ ਰਿਹਾ ਨਾ, ਜਿਹਦੀ ਵੀਡੀਓ ਸਾਡੇ ਵੀਡੀਓ 'ਤੇ ਐਡ ਲੱਗੀ ਹੈ, ਉਹ ਉਸ ਪਰਟੀਕੁਲਰ ਕੀਵਰਡ ਲਈ ਕਿੰਨਾ ਪੈਸਾ ਦੇ ਰਿਹਾ।
ਠੀਕ ਹੈ, ਜੇ ਮੰਨ ਲਓ ਜਿਵੇਂ ਹੁਣ ਕੋਈ ਵੀ ਐਗਜ਼ਾਮਪਲ ਹੋ, SEO ਸਰਵਿਸਿਜ਼ ਇੱਕ ਕੀਵਰਡ ਹੈ। ਹੁਣ SEO ਸਰਵਿਸ ਕੀਵਰਡ ਤੇ ਕਈ ਕੁਝ ਲੋਕ ਨੇ ਉਹ 1200 ਰੁਪਏ ਦੇ ਰਹੇ ਨੇ ਇੱਕ ਕਲਿੱਕ ਤੇ, ਮਤਲਬ ਤੁਹਾਡੇ 50 ਵਿਊ ਵੀ ਆ ਜਾਣ ਤੇ ਉਹਨਾਂ ਵਿੱਚ 10 ਲੋਕਾਂ ਨੂੰ ਵੀ ਵਿਖ ਜਾਣ ਨਾ ਉਹ ਐਡ, ਤੇ 10 ਦੇ 10 ਕਲਿੱਕ ਕਰ ਜਾਣ, ਠੀਕ ਹੈ, ਤੇ ਇਹਦਾ ਮਤਲਬ ਹੈਗਾ ਤੁਹਾਡਾ 12000 ਰੁਪਇਆ ਬਣਿਆ ਹੀ ਬਣਿਆ, ਤੁਹਾਨੂੰ 12000 ਮਿਲਣਾ ਹੀ ਮਿਲਣਾ, ਤੇ ਉਹ ਗੂਗਲ ਐਡਸੈਂਸ ਵਿੱਚ ਜਾਏਗਾ, ਉੱਥੋਂ ਤੁਸੀਂ ਫਿਰ ਬੈਂਕ ਵੀ ਟ੍ਰਾਂਸਫਰ ਕਰ ਸਕਦੇ ਹੋ। ਗੂਗਲ ਐਡਸੈਂਸ ਦੀ ਵੀ ਇੱਕ ਸਿਚੁਏਸ਼ਨ ਹੈ ਕਿ ਸਿਚੁਏਸ਼ਨ ਇਹ ਹੈ ਕਿ ਘੱਟੋ ਘੱਟ $100 ਸਾਡੇ ਅਕਾਊਂਟ 'ਚ ਹੋਣੇ ਚਾਹੀਦੇ ਨੇ, ਤਾਂ ਹੀ ਤੁਸੀਂ ਉੱਥੋਂ ਜਿਹੜੇ ਵੇ ਕਢਵਾ ਸਕਦੇ ਹੋ ਗੂਗਲ ਅਕਾਊਂਟ 'ਚੋਂ ਆਪਣੇ ਬੈਂਕ ਅਕਾਊਂਟ ਵਿੱਚ, ਠੀਕ ਹੈ। ਸੋ ਇਸ ਤਰ੍ਹਾਂ ਚੀਜ਼ਾਂ ਜ਼ਰੂਰੀ ਨੇ, ਐ ਨਹੀਂ ਵੀ 1000 ਵਿਊ ਪਿੱਛੇ ਜਿਹੜੇ ਨੇ ਤੁਹਾਨੂੰ ਇੰਨੇ ਡਾਲਰ ਮਿਲਦੇ ਨੇ, ਇਸ ਤਰ੍ਹਾਂ ਦਾ ਕੁਛ ਨਹੀਂ ਹੁੰਦਾ, ਠੀਕ ਹੈ। ਉਹ ਵੀ ਡਿਪੈਂਡ ਕਰਦਾ ਵੀ ਵਿਊਜ਼ ਕਿੱਥੋਂ ਆਏ ਨੇ ਅਤੇ ਉੱਥੋਂ ਡਾਲਰ ਦੀ ਕੀਮਤ ਕਿੰਨੀ ਹੈ, ਉਹ ਵੀ CPC ਬਹੁਤ ਮੈਟਰ ਕਰਦੀ ਹੈ। ਇਹ ਜਿਹੜੀ ਜਿਹੜੀ CPC ਹੁੰਦੀ ਹੈ ਕਿ ਐਵਰੇਜ ਲਈ ਜਾਂਦੀ ਵੀ ਇੰਨੇ ਐਵਰੇਜ ਨਾਲ ਤੁਹਾਡੇ ਕਲਿਕਸ ਆਏ ਨੇ। ਸੋ ਆਹ ਕੁਝ 4-5 ਗੱਲਾਂ ਆਪਣੇ ਦਿਮਾਗ 'ਚ ਰੱਖੋ ਜੋ ਯੂਟਿਊਬ ਚੈਨਲ ਤੁਸੀਂ ਬਣਾ ਰਹੇ ਹੋ, ਠੀਕ ਹੈ। ਪੈਸਿਆਂ ਦਾ ਬਿਲਕੁਲ ਨਾ ਸੋਚੋ, ਜੇ ਯੂਟਿਊਬ ਵਿੱਚ ਪੈਸੇ ਲਈ ਤੁਸੀਂ ਮੈਨੂੰ ਆ ਰਹੇ ਹੋ, ਇਨੀਸ਼ੀਅਲੀ ਕੁਛ ਇੱਕ ਡੋਮੇਨ ਰੱਖੋ ਵੀ ਅਸੀਂ ਇਸੇ ਡੋਮੇਨ 'ਚ ਸਰਵ ਕਰਨਾ ਹੈ, ਇਸੇ ਤਰ੍ਹਾਂ ਹੀ ਵੀਡੀਓਜ਼ ਬਣਾਉਣੀਆਂ ਨੇ, ਅਤੇ ਵੀਡੀਓਜ਼ ਬਸ ਬਣਾਓ ਅਤੇ ਉਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਅਤੇ ਯੂਟਿਊਬ 'ਤੇ ਵਿਊਜ਼ ਕਿੱਦਾਂ ਚਾਹੀਦੇ ਜਾਂ ਸਬਸਕ੍ਰਾਈਬਰ ਕਿੱਦਾਂ ਲੈਣ ਕਿੱਦਾਂ ਲੈਣੇ ਆ, ਉਹਦੀ ਵੀਡੀਓ ਮੈਂ ਇਹ ਤੋਂ ਪਹਿਲਾਂ ਅਪਲੋਡ ਕੀਤੀ ਹੈ, ਅਤੇ ਉਹਦੀ ਪੂਰੀ ਪਲੈਨਿੰਗ ਦੱਸੀ ਹੈ ਵੀ ਕੀ ਪਲੈਨਿੰਗ ਹੋਣੀ ਚਾਹੀਦੀ ਹੈ ਤਾਂ ਕਿ ਤੁਸੀਂ ਸੋਸ਼ਲ ਮੀਡੀਆ ਵਿੱਚ ਅੱਛੀ ਟ੍ਰੈਫਿਕ ਲੈ ਸਕੋ, ਠੀਕ ਹੈ। ਉਹਦਾ ਲਿੰਕ ਜਿਹੜਾ ਵਾ ਮੈਂ ਡਿਸਕ੍ਰਿਪਸ਼ਨ ਵਿੱਚ ਦੇ ਦਾਂਗਾ, ਅਤੇ ਉਹਨੂੰ ਜ਼ਰੂਰ ਵੀਡੀਓ ਇੱਕ ਜ਼ਰੂਰ ਵਾਚ ਕਰਿਓ, ਤੁਹਾਨੂੰ ਉਸ 'ਚ ਵੀ ਥੋੜ੍ਹਾ ਬਹੁਤਾ ਨੌਲੇਜ ਮਿਲੇਗੀ। ਹੋਰ ਜੇ ਕੋਈ ਪ੍ਰੋਬਲਮ ਲੱਗੀ ਵੀਡੀਓਜ਼ ਦੇ ਕੁਛ ਨਹੀਂ ਸਮਝ ਲੱਗਾ ਤਾਂ ਕਮੈਂਟ ਕਰ ਸਕਦੇ ਹੋ, ਮੈਂ ਰਿਪਲਾਈ ਜ਼ਰੂਰ ਕਰਾਂਗਾ। ਅਤੇ ਇਸੇ ਤਰ੍ਹਾਂ ਹੋਰ ਵੀਡੀਓਜ਼ ਦੇਖਣ ਲਈ ਸਬਸਕ੍ਰਾਈਬ ਬਟਨ 'ਤੇ ਕਲਿੱਕ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ, ਅਤੇ ਇਸ ਤਰ੍ਹਾਂ ਹੀ ਹੋਰ ਨਵੀਆਂ ਨਵੀਆਂ ਵਧੀਆ ਵਧੀਆ ਵੀਡੀਓਜ਼ ਮੈਂ ਅਪਲੋਡ ਕਰਦਾ ਰਹਾਂਗਾ ਅੱਗੋਂ ਤੋਂ, ਹੁਣ ਮੈਂ ਸ਼ੁਰੂ ਕਰਤਾ ਕਰਨੀ ਆ। ਅਤੇ ਮੋਰ ਓਵਰ ਜਿਵੇਂ ਚੈਨਲ ਦਾ ਨਾਮ ਹੈ ਪੰਜਾਬੀ ਟੈਲੈਂਟ ਅਫੀਸ਼ੀਅਲ, ਤੁਹਾਡੇ 'ਚ ਵੀ ਕੋਈ ਟੈਲੈਂਟ ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਵੀਡੀਓ ਤੁਸੀਂ ਚਾਹੁੰਦੇ ਹੋ ਵੀ ਲੋਕਾਂ ਤੱਕ ਪਹੁੰਚੇ, ਤੁਸੀਂ ਉਹਨੂੰ ਬਣਾ ਕੇ ਮੈਨੂੰ ਈਮੇਲ ਕਰੋ ਜੇ ਮੈਨੂੰ ਵਧੀਆ ਲੱਗੀ, ਅਤੇ ਮੈਂ ਜ਼ਰੂਰ ਉਹਨੂੰ ਸ਼ੇਅਰ ਕਰਾਂਗਾ ਆਪਣੇ ਯੂਟਿਊਬ ਚੈਨਲ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ, ਕਿਉਂਕਿ ਸਾਰੇ ਪਾਸੇ ਇੱਕ ਹੀ ਨਾਮ ਹੈ ਪੰਜਾਬੀ ਟੈਲੈਂਟ ਅਫੀਸ਼ੀਅਲ, ਤੁਸੀਂ ਸਰਚ ਕਰ ਸਕਦੇ, ਗੂਗਲ 'ਤੇ ਵੀ ਸਰਚ ਕਰ ਸਕਦੇ, ਗੂਗਲ 'ਤੇ ਵੀ ਸਾਡੀ ਸਰਚ ਪਹਿਲੇ ਨੰਬਰ 'ਤੇ ਆਉਂਦੀ ਹੈ, ਠੀਕ ਹੈ। ਅਤੇ ਥੈਂਕ ਯੂ ਵੈਰੀ ਮੱਚ ਗਾਈਸ ਇਹ ਵੀਡੀਓ ਦੇਖਣ ਲਈ, ਹੋਰ ਨੌਲੇਜ ਦੀ ਵੀਡੀਓਜ਼ ਦੇਖਣੀਆਂ ਤੈਨੂੰ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ। ਸਤਿ ਸ਼੍ਰੀ ਅਕਾਲ ਜੀ।